ਗੱਡੀਆਂ ਤੇ ਬਲੈਕ ਫਿਲਮ ਲਗਾਉਣ ਵਾਲੇ ਹੋ ਜਾਣ ਸਾਵਧਾਨ। ਜੇ ਘੁੰਮਦੀ ਦਿਖੀ ਗੱਡੀ ਤਾਂ ਕੱਟਿਆ ਜਾਵੇਗਾ ਮੋਟਾ ਚਲਾਨ। ਕਾਲੇ ਸ਼ੀਸ਼ਿਆਂ ਵਾਲੀ ਇਸ ਗੱਡੀ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ। ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਹੁਣ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਵਿਸ਼ੇਸ਼ ਅਭਿਆਨ ਚਲਾਇਆ ਜਾਣਾ ਹੈ, ਜਿਸ ਦੇ ਤਹਿਤ ਅਜਿਹੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ। ਇਸ ਅਭਿਆਨ ਨੂੰ ਲੈ ਕੇ ਸੰਬੰਧਿਤ ਇਲਾਕਿਆਂ ਦੇ DSP ਅਤੇ ACP ਨੂੰ ਇੰਚਾਰਜ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸੂਚਿਤ ਕੀਤਾ ਗਿਆ ਕਿ ਜੇਕਰ ਬਾਜ਼ਾਰ ਦੇ ਵਿੱਚ ਕੋਈ ਬੁਲਟ ਪਟਾਕੇ ਪਾਉਂਦਾ ਜਾਂ ਗੱਡੀਆਂ ਤੇ ਬਲੈਕ ਫਿਲਮ ਲਗਾਉਂਦੀ ਕੋਈ ਗੱਡੀ ਦਿਖਦੀ ਹੈ ਤਾਂ ਇਸ ਸੰਬੰਧੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਤਾਂ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹਰਿਆਣਾ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ ਤੇ ਉਹਨਾਂ ਦੇ ਵੱਲੋਂ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਵਿਸ਼ੇਸ਼ ਅਭਿਆਨ ਚਲਾਇਆ ਜਾਣਾ ਹੈ, ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮੋਟਾ ਚਲਾਨ ਕੱਟਿਆ ਜਾਵੇਗਾ। ਇਸ ਤਹਿਤ ਉਹਨਾਂ ਨੇ ਇੱਕ ਗੱਡੀ ਵੀ ਰੋਕੀ ਜਿਸਦੇ ਬਲੈਕ ਸ਼ੀਸ਼ੇ ਲੱਗੇ ਹੋਏ ਸੀ, ਵੇਖ ਸਕਦੇ ਹੋ ਉਹਨਾਂ ਤੋਂ ਹੀ ਉਹਨਾਂ ਦੀ ਕਾਲੀ ਫਿਲਮ ਹੈ ਜਿਹੜੀ ਸ਼ੀਸ਼ਿਆਂ ਤੋਂ ਉਤਰਵਾਈ ਗਈ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਗੱਡੀਆਂ ਤੇ ਬਲੈਕ ਫਿਲਮ ਲਗਾਉਣ ਵਾਲੇ ਹੋ ਜਾਣ ਸਾਵਧਾਨ। ਜੇ ਘੁੰਮਦੀ ਦਿਖੀ ਗੱਡੀ ਤਾਂ ਕੱਟਿਆ ਜਾਵੇਗਾ ਮੋਟਾ ਚਲਾਨ। ਕਾਲੇ ਸ਼ੀਸ਼ਿਆਂ ਵਾਲੀ ਇਸ ਗੱਡੀ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ। ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਹੁਣ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਵਿਸ਼ੇਸ਼ ਅਭਿਆਨ ਚਲਾਇਆ ਜਾਣਾ ਹੈ, ਜਿਸ ਦੇ ਤਹਿਤ ਅਜਿਹੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ। ਇਸ ਅਭਿਆਨ ਨੂੰ ਲੈ ਕੇ ਸੰਬੰਧਿਤ ਇਲਾਕਿਆਂ ਦੇ DSP ਅਤੇ ACP ਨੂੰ ਇੰਚਾਰਜ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸੂਚਿਤ ਕੀਤਾ ਗਿਆ ਕਿ ਜੇਕਰ ਬਾਜ਼ਾਰ ਦੇ ਵਿੱਚ ਕੋਈ ਬੁਲਟ ਪਟਾਕੇ ਪਾਉਂਦਾ ਜਾਂ ਗੱਡੀਆਂ ਤੇ ਬਲੈਕ ਫਿਲਮ ਲਗਾਉਂਦੀ ਕੋਈ ਗੱਡੀ ਦਿਖਦੀ ਹੈ ਤਾਂ ਇਸ ਸੰਬੰਧੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਤਾਂ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹਰਿਆਣਾ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ ਤੇ ਉਹਨਾਂ ਦੇ ਵੱਲੋਂ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਵਿਸ਼ੇਸ਼ ਅਭਿਆਨ ਚਲਾਇਆ ਜਾਣਾ ਹੈ, ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮੋਟਾ ਚਲਾਨ ਕੱਟਿਆ ਜਾਵੇਗਾ। ਇਸ ਤਹਿਤ ਉਹਨਾਂ ਨੇ ਇੱਕ ਗੱਡੀ ਵੀ ਰੋਕੀ ਜਿਸਦੇ ਬਲੈਕ ਸ਼ੀਸ਼ੇ ਲੱਗੇ ਹੋਏ ਸੀ, ਵੇਖ ਸਕਦੇ ਹੋ ਉਹਨਾਂ ਤੋਂ ਹੀ ਉਹਨਾਂ ਦੀ ਕਾਲੀ ਫਿਲਮ ਹੈ ਜਿਹੜੀ ਸ਼ੀਸ਼ਿਆਂ ਤੋਂ ਉਤਰਵਾਈ ਗਈ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਗੱਡੀਆਂ ਤੇ ਬਲੈਕ ਫਿਲਮ ਲਗਾਉਣ ਵਾਲੇ ਹੋ ਜਾਣ ਸਾਵਧਾਨ। ਜੇ ਘੁੰਮਦੀ ਦਿਖੀ ਗੱਡੀ ਤਾਂ ਕੱਟਿਆ ਜਾਵੇਗਾ ਮੋਟਾ ਚਲਾਨ। ਕਾਲੇ ਸ਼ੀਸ਼ਿਆਂ ਵਾਲੀ ਇਸ ਗੱਡੀ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ। ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਹੁਣ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਵਿਸ਼ੇਸ਼ ਅਭਿਆਨ ਚਲਾਇਆ ਜਾਣਾ ਹੈ, ਜਿਸ ਦੇ ਤਹਿਤ ਅਜਿਹੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ। ਇਸ ਅਭਿਆਨ ਨੂੰ ਲੈ ਕੇ ਸੰਬੰਧਿਤ ਇਲਾਕਿਆਂ ਦੇ DSP ਅਤੇ ACP ਨੂੰ ਇੰਚਾਰਜ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸੂਚਿਤ ਕੀਤਾ ਗਿਆ ਕਿ ਜੇਕਰ ਬਾਜ਼ਾਰ ਦੇ ਵਿੱਚ ਕੋਈ ਬੁਲਟ ਪਟਾਕੇ ਪਾਉਂਦਾ ਜਾਂ ਗੱਡੀਆਂ ਤੇ ਬਲੈਕ ਫਿਲਮ ਲਗਾਉਂਦੀ ਕੋਈ ਗੱਡੀ ਦਿਖਦੀ ਹੈ ਤਾਂ ਇਸ ਸੰਬੰਧੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਤਾਂ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹਰਿਆਣਾ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ ਤੇ ਉਹਨਾਂ ਦੇ ਵੱਲੋਂ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਵਿਸ਼ੇਸ਼ ਅਭਿਆਨ ਚਲਾਇਆ ਜਾਣਾ ਹੈ, ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮੋਟਾ ਚਲਾਨ ਕੱਟਿਆ ਜਾਵੇਗਾ। ਇਸ ਤਹਿਤ ਉਹਨਾਂ ਨੇ ਇੱਕ ਗੱਡੀ ਵੀ ਰੋਕੀ ਜਿਸਦੇ ਬਲੈਕ ਸ਼ੀਸ਼ੇ ਲੱਗੇ ਹੋਏ ਸੀ, ਵੇਖ ਸਕਦੇ ਹੋ ਉਹਨਾਂ ਤੋਂ ਹੀ ਉਹਨਾਂ ਦੀ ਕਾਲੀ ਫਿਲਮ ਹੈ ਜਿਹੜੀ ਸ਼ੀਸ਼ਿਆਂ ਤੋਂ ਉਤਰਵਾਈ ਗਈ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ।